ਜਪਣ ਵਾਲੇ ਤੇ ਮਾਇਆ ਜੋਰ ਨਹੀਂ ਪਾਉਂਦੀ ਅੱਗੋਂ ਜਿਹੜਾ
ਤੋਂ ਬਾਅਦ ਧਿਆਨ ਆਉਣਾ ਹੈ ਜਿਹਦਾ ਜਾਪ ਪੱਕ ਹੋ ਜਾਵੇ, ਨਾਮ ਜਪਣ ਦੇ ਵਿੱਚ ਦ੍ਰਿੜਤਾ ਆ ਜਾਵੇ, ਨਾਮ ਜਪਣ ਦੇ ਵਿੱਚ ਤਕਲੀਫ ਨਾ ਹੋਵੇ, ਮਨ ਖੁਸ਼ੀ ਦੇ ਨਾਲ ਨਾਮ ਨੂੰ ਜਪੀ ਜਾਵੇ, ਅੱਗਿਆਂ ਦਾ ਧਿਆਨ ਰੱਖਦਾ ਹੈ, ਉਹੀ ਜਾਪ ਹੀ ਧਿਆਨ ਨੂੰ ਬਣ ਜਾਂਦਾ। ਧਿਆਨ ਦੇ ਵਿੱਚ ਕੀ ਫਲ ਪ੍ਰਾਪਤ ਹੁੰਦਾ? ਕੋਟ ਅਗਾ ਗਏ ਲਾਸ। ਆਪ ਕਹਿੰਦੇ ਨੇ ਜਿਹੜੇ ਪਿਛਲੇ ਜਨਮਾਂ ਦੇ ਕੀਤੇ ਹੋਏ ਨੇ, ਹੁਣ ਇਸ ਜਨਮ ਦੇ ਵਿੱਚ ਪਾਪ ਗਲਤੀਆਂ ਮਨੁੱਖ ਦੇ ਹੁੰਦੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਨੂੰ ਨਾਸ਼ ਕਰਨ ਵਾਲਾ ਇਹ ਧਿਆਨ। ਕੋਟ ਫੁੱਟ ਅੰਦਰ ਪਾਪਾਂ ਗੇਰੇ ਇੱਕ ਘੜੀ ਮੈਂ ਖੋਗਾ, ਹੰਸ ਸੇ ਹੰਸਾ ਬਗ ਸੇ ਬਗਾ ਘੱਟ ਘੜ ਕਰੇ ਵਿਚਾਰ ਦੀਓ, ਤੂੰ ਸਮਝੀ ਥਾਈ ਦਿੱਤਾ ਹੈ ਉਹਨੇ ਆਈ ਸਾਚਾ ਸੱਜਣ ਦਾਸ। ਜਗ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਇਆ ਕਰਦੇ ਨੇ, ਕਰੋਨਾ ਪਾਪ ਇਹ ਨਾਮ ਦੀ ਅਗਨੀ ਨਾਸ਼ ਕਰਦਾ। ਨਿਰਮਲ ਪਾਏ ਸਰੀਰ ਦੇ ਅੰਦਰ ਧੂਰੀ ਨਾਇਆ, ਸਰੀਰ ਨਿਰਮਲ ਪਵਿੱਤਰ ਹੋ ਜਾਂਦਾ ਹੈ। ਜਨ ਗੁਰਮੁਖਾਂ ਦੀ ਸਾਧ ਸੰਗਤ ਦੀ ਧੂਰੀ ਵਿੱਚ ਨਾਇਆ, ਪਾਪ ਉਹਨਾਂ ਦੇ ਉਪਦੇਸ਼ ਨੂੰ ਕਮਾਇਆ, ਉਹਨਾਂ ਦਾ ਬਖਸ਼ਿਆ ਗਿਆਨ ਹੈ ਜਿਹੜਾ ਉਹਨਾਂ ਨੇ ਆਪਣੇ ਗੱਡੇ ਅੰਦਰ ਵਸਾਇਆ, ਉਹਦੀ ਕਮਾਈ ਕੀਤੇ ਆ, ਸਰੀਰ ਵੀ ਨਿਰਮਲ ਅਤੇ ਮਨ ਵੀ ਨਿਰਮਲ ਹੋ ਜਾਂਦਾ। ਮਨ ਤਨ ਪਾਏ ਸੰਤੋਖ ਪੂਰਨ ਪਾਇਆ, ਮਨ ਦੇ ਅੰਦਰ ਅਤੇ ਤਨ ਦੇ ਵਿੱਚ ਸੰਤੋਖ ਆ ਜਾਂਦਾ, ਸਬਰ ਆ ਜਾਂਦਾ। ਤੋ ਸਬਰ ਦੀ ਉਦਾਹਰਣ ਦਿੱਤੀ ਬਾਬਾ ਜੀ ਨੇ ਕਿ ਪਰਿੰਦਾ ਸਬਰ ਇਹ ਸੁਆਓ, ਜੇ ਕੋਈ ਬੰਦਾ ਦਿੜਦਾ ਹੈ ਵੱਧ ਦੀਪ ਹੈ ਦਰਿਆਓ, ਘੱਟ ਨਤੀਬ ਹੈ ਬਾਹਰ। ਤੋ ਸਬਰ ਸੰਤੋਖ ਐਸੀ ਚੀਜ਼ ਹੈ, ਜੇ ਤੂੰ ਬੰਦਾ ਦ੍ਰਿੜ ਕਰੇ, ਇਹ ਬੰਦੇ ਜੇ ਤੂੰ ਦ੍ਰਿੜ ਕਰ ਲਵੇ ਸੰਤੋਖ ਨੂੰ, ਸਬਰ ਨੂੰ ਆਪਣੇ ਮਨ ਦੇ ਵਿੱਚ, ਤਾਂ ਵੱਧ ਕੇ ਦਰਿਆ ਵੱਲ ਹੋ ਜਾਵੇਗਾ, ਦਰਿਆ ਕੇ ਸਮੁੰਦਰ ਦੇ ਵਿੱਚ ਚਲ ਜਾਂਦਾ। ਭਾਵ ਵਾਹਿਗੁਰੂ ਹੀ ਤੇਰੇ ਬੰਦੇ ਅੰਦਰ ਵੱਸ ਜਾਵੇਗਾ, ਤੂੰ ਟੁੱਟ ਕੇ ਵਾਹੜਾ ਵਾਹੜਾ ਕਹਿੰਦੇ ਕਿ ਛੱਪੜ ਦੀ ਤਰ੍ਹਾਂ ਨਹੀਂ ਬਣ ਜਾਵੇ। ਸੋ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਅੰਦਰ ਸੰਤੋਖ ਆਉਂਦਾ ਹੈ, ਸਬਰ ਆਉਂਦਾ ਹੈ, ਜਿਹੜਾ ਵਾਹਿਗੁਰੂ ਨਾਲ ਮਿਲਾਪ ਕਰ ਸਕਦੇ ਸੰਤੋਖ ਉਹ ਦਰਿਆ ਹੈ ਜਿਹੜਾ ਵੱਧ ਕੇ ਵਾਹਿਗੁਰੂ ਨਾਲ ਮਿਲਾਪ ਕਰ ਸਕਦਾ। ਪੂਰਨ ਪ੍ਰਭ ਪਾਇਆ, ਉਹ ਵਾਹਿਗੁਰੂ ਰੂਪ ਸਮੁੰਦਰ ਹੈ, ਉਹਦੇ ਵਿੱਚ ਸਮਾਈ ਹੁੰਦੀ ਹੈ, ਕਰੇ ਪ੍ਰਭ ਸੰਗ ਲੋਕ ਖੁਦ ਸਮਾਇਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨਿਹਰਾ ਕਰਦੇ ਹਨ ਕਿ ਜਿਸ ਦੇ ਹਿਰਦੇ ਅੰਦਰ ਇਹ ਸੰਤੋਖ ਆ ਜਾਵੇ, ਸਬਰ ਆ ਜਾਵੇ, ਸਿਰਫ ਉਹਦੀ ਆਪਣੀ ਆਪਣੇ ਦੇਹ ਦੀ ਕਲਿਆਣ ਨਹੀਂ ਹੁੰਦੀ, ਕਰੇ ਕੁਟੰਬ ਕੁਟੰਬ ਕਹਿੰਦੇ ਨੇ ਪਰਿਵਾਰ ਨੂੰ, ਸਾਰਾ ਹੀ ਪਰਿਵਾਰ ਨੂੰ ਉਤਾਰ ਲੈਂਦਾ ਹੈ। ਕਰੇ ਕੁਟੰਬ ਸੰਗ ਲੋਕ ਕਹਿੰਦੇ ਨੇ ਜਿਹੜੀ ਉਹਦੀ ਸੰਗਤ ਕਰਨ ਵਾਲੇ, ਇੱਕੀ ਕੁਲਾਂ ਕਰਦੀਆਂ ਹਨ, ਜੇ ਕੋਈ ਆਂਢ ਗੁਆਂਢ ਦਾ ਰਿਸ਼ਤੇਦਾਰ ਮਿੱਤਰ ਹੋਰ ਸਾਰਾ ਸੰਗੀ ਸਾਥੀ ਸੰਗਤ ਦੇ ਵਿੱਚ ਆ ਜਾਵੇ, ਉਦੋਂ ਬੈਠ ਕੇ ਉਹਦੀ ਸੰਗਤ ਕਰਕੇ ਉਪਦੇਸ਼ ਗ੍ਰਹਿਣ ਕਰ ਲਵੇ, ਸਾਰਿਆਂ ਦਾ ਹੀ ਕਲਿਆਣ ਹੋਵੇ। ਇਹਨਾਂ ਨਾਮ ਦੇ ਵਿੱਚ ਸਮਰੱਥਾ ਹੈ, ਇਹਨਾਂ ਨਾਮ ਜਪਣ ਵਾਲੇ ਦੇ ਵਿੱਚ ਬਾਹਰ ਸਾਧੂ ਭਰਦੇ। ਕਿਉਂ ਭਰਦੇ ਨੇ? ਕਿ ਉਹਦੇ ਹਿਰਦੇ ਅੰਦਰ ਆਪ ਹੀ ਆ ਰਹੇ ਨੇ। ਤੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹਨਾਂ ਦੀ ਇਹ ਪਾਵਨ ਪੁੱਤਰ ਪੁਚਾਰੀ ਦੀ ਵਾਰ ਹੈ, ਉਹਦੇ ਵਿੱਚ ਆਪਾਂ ਇਹ ਉਪਦੇਸ਼ ਸ਼ਾਮਲ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਬੇਨਤੀ ਕਰੀਏ, ਜੋੜੀ ਕਰੀਏ, ਵੀਰ ਕੁਮਾਰ ਜੀ ਅੱਜ ਇਸ ਨਿੱਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ 'ਤੇ ਆਪਣੇ ਪਵਿੱਤਰ ਉਪਦੇਸ਼ ਦਾਇਰ ਕੀਤਾ ਹੈ, ਸਾਡੇ ਹਿਰਦੇ ਅੰਦਰ ਵੱਸ ਜਾਵੇ, ਸਾਰਾ ਹੀ ਸਾਥ ਸਾਨੂੰ ਨਾ ਭੁੱਲੇ, ਇਹਦੀ ਕਮਾਈ ਕਰਨ ਲਈ ਬਹੁਤ ਬਖਸ਼ਣਾ ਦਰ ਆਏ।